پھر جناب ملک لیاقت حسین سمندوانہ سے خطاب فرمائیں بر محمد و آل محمد صلوات. بسم اللہ الرحمن الرحیم. اللہم صلی علی محمد و آل محمد. بسم اللہ الرحمن الرحیم. اللہم صلی علی محمد و آل محمد. بسم اللہ الرحمن الرحیم. اللہم صلی علی محمد و آل محمد. بسم اللہ الرحمن الرحیم. یا دائم و بلا زوال، یا قائم و بلا فناہ، یا میسر و بلا وزیر، یا متکبر و انا عبدک الضعیف الذلیل المستر، یا رب الحسین بحق الحسین علیہ السلام، عشق صدر الحسین بے ظہور امام زمانہ، رحمان الرحیم، اللہ بانیان دے حاجات پوری فرما، مومنین دی حاجات پوری فرما، شر شیطان تو بچا، ظلم تو بچا، ظالم تو بچا، مظلوم نال اٹھا، مظلوم دا پیروکار بنا، بہروین بھیج گناہگار کی زیارت مشرف ہے. اللہم صلی علی محمد و آل محمد. بلند صلوات. میں کل موضوع چھوڑ گیا، منہ پتہ یاد ہے یا کوئی نہ، ملیکت العرب دے محل دے پچھوں ناکت رسول خدا سوار ہو گئے. یہ مطلب ہے جڑے بولے ہو تو سکل ہائے، جڑے نہیں بولے او ودے ہو سن. ایک ہوندن ایک ودے ہوندن. بی بی نے چبوترے تو ڈٹھا مصطفیٰ نو ناکت سوار ہوندیاں او دی آجزی ڈٹھی، مطمئن ہو گئی واقعی یہ رسول جنہ دا خون حیوانہ تے حرام ہے. سامان لب گیا، تجارت دا لائے کے چاچا بھتریہ ٹرن لگے. ابو جہل آکھیا میں ہی رلے امنا. فرمایا تیرے تا سادا جوڑ ہی نہیں بندا. اس آکھیا کچھ منزلاں کٹھیاں کرنے آئے. اگو ایک پادری دا مکان اندر راہ چبوترا ہے، اتھو اگاں پہلو جیڑا ٹر گیا وہ منزل پہلی تمن راسی، پچھلا پچھے ٹرسی. منزل دی انتظار ہو گئی، اس بلند گردوارے تے بہ کے وہ عیسائیاں کا پتہ کہ سڈی کا تانو نام دے سن. میں تو عیسائی نہیں جاندا، جیڑا اچا جہا لما بنیا کھلوں دا گرجا. اچھا ہو سی وہ ات چڑھ کے وے دبیا ہے صبح صبح پتر آدھا مبارک ہونے میں بڈھڑ ہو گیا، بڑی مدت بعد میرا منتظر جس میں منتظر ہوں. میں ویخ رہا مکہ دی سرزمین تو قافلہ آ رہا ہے جنہ دے اتنے ایک بدل نے سایہ کی تو ہے. اے نہ سجے ہوندا ہے نہ کھبے ہوندا ہے، جیویں جیویں قافلہ ٹرد ہے بدل نال نال ٹرد ہے. ان لگتا ہے جیویں قافلے دے وچ کوئی ہو جیا اے جہیں دے بچاون گرمی واسطے اے سورج دے اگو بدل محتاج ہے. میں سنیا رکھنا ہواریاں تو عیسیٰ لیا تو اتھے مینو انہاں چھوڑے آئی واری واری نال، جیویں جیویں کوئی آمدہ رہا ہے مینو آکھیا نے تو چھیکڑیئیں تیرے بارے اس آوڑا.
ਪਰੇਸ਼ਾਨ ਤਾਂ ਨੇ, ਹੁਣ ਇਤਨਾ ਇਲਮ ਇਕੱਠਾ ਸੁਣੀ ਬੈਠੇ ਹੁੰਦੇ ਹੋ, ਉਹ ਇਲਮ ਦੇ ਬਾਹਰੋਂ ਕੋਈ ਕੱਪੜਾ ਛੱਪੜਾ ਹੀ ਹੁੰਦਾ, ਇਲਮ ਕੁਰਾਨ ਹੀ ਹੋਵੇ ਤਾਂ ਉਹਦੇ ਬਾਹਰੋਂ ਖਿਲਾਫ ਹੀ ਹੁੰਦਾ। ਥੋੜ੍ਹਾ ਜਿਹਾ ਸਾਡੇ ਕੋਲੋਂ ਦੋ ਸਤਰਾਂ ਲੰਮੀਆਂ ਚੌੜੀਆਂ ਨੇ, ਜਾ ਪੁੱਤਰਾ ਵੰਜੋ ਦਾਵਤ ਦੇ ਆਓ, ਬਈ ਤੁਹਾਡਾ ਖਾਣਾ ਤਿਆਰ ਹੈ ਖਾ ਵਜੋ, ਉੱਠ ਆ ਤੇ ਬਹਿ ਗਏ ਸਮਾਨ ਇਕੱਠਾ ਹੀ ਕੇ ਜਾ ਤੇ ਰੱਖੀ ਗਿਆ। ਪਾਦਰੀ ਆਖਿਆ ਕੋਈ ਅੱਗਾ ਨਾ ਆਵੇ, ਮੈਂ ਇੱਕ ਇੱਕ ਨੂੰ ਲੈ ਆਉ ਸਾਂ। ਉਹ ਇੱਕ ਬੰਦੇ ਨੂੰ ਸੱਦੇ ਤੇ ਨਾਲ ਤੁਰੇ ਤੇ ਬਦਲ ਦੇਰੀ ਵੇਖੇ, ਤੇਰਾ ਨਾਂ ਕੇ, ਪਿਓ ਦਾ ਨਾਂ ਕੇ, ਕਿਤਨੇ ਬਹਿਣਾ ਪੀੜਾ ਉਹ ਜਿਲੇ ਬਦਲ ਖਲਰ ਹੈ। ਬੰਦੇ ਨੂੰ ਆਖਿਆ ਉਸ ਵੱਡੇ ਗੇਟ ਚੋਂ ਅੰਦਰ ਲੱਗ ਚੱਲ। ਦੂਏ ਨੂੰ ਸੱਦੇ, ਤੇਰਾ ਕੇ ਨਾਂ, ਭੀੜਨਾ ਭੀੜਾ, ਪਿਓ, ਚਾਚੇ, ਕਿੱਥੋਂ ਦਾ ਹੈ, ਕਿਤਨੀ ਉਮਰ ਹੈ, ਬਦਲ ਖਲਰ ਹੈ, ਉਹ ਗੇਟ ਹੈ। ਇਸ ਨੂੰ ਠੱਗਾ ਕਿਵੇਂ ਬਣਾ ਕੇ ਮੈਨੂੰ ਪਤਾ ਲੱਗੇ ਤੈਨੂੰ ਸਮਝ ਆਉਂਦੀ ਪਈ ਹੈ। ਇੱਕ ਇੱਕ ਨੂੰ ਲਈ ਆਇਆ ਤਾਂ ਬੂਆ ਵੀ ਖਾਂਦਾ ਰਿਹਾ, ਬਾਕੀ ਰਹਿ ਗਿਆ ਇੱਕ ਜਹਿਲਾਂ ਦਾ ਪਿਓ, ਇੱਕ ਸਰਕਾਰ ਹਜ਼ਰਤ ਅਬੂ ਤਾਲਿਬ। ਹੁਣ ਅਬੂ ਤਾਲਿਬ ਸਰਕਾਰ ਨੂੰ ਆ ਦਖਲ ਹੈ, ਹੁਣ ਆਉਂਦਾ ਪਿਆ ਸਾਨੂੰ ਲਵੇਣ, ਇਕੱਠੇ ਬਹਿਨੇ ਆਏ ਇੱਕ ਇੱਕ ਆ ਵਜਾ ਹੈ, ਸਾਧੂ ਪੁੱਛੀ ਕੋਈ ਬੈਠਾ ਜੈਸਾ ਹੈ, ਬਸ ਆਖਰੀ ਇਹ ਦੋ ਹੈ, ਯੋਜਾ ਕਿਹਾ ਬਸ ਇਹ ਅਸਾਂ ਦੋ ਹੈ। ਉਹ ਰਲਾ ਤੇ ਤੁਰਦਾ ਹੀ ਆਉਂਦਾ ਤੇ ਗੱਲਾਂ ਹੀ ਕਰਦਾ, ਕਿੱਥੋਂ ਪਏ ਆਉਂਦੇ ਹੋ, ਤੁਹਾਡਾ ਘਰ ਕਿੱਥੇ, ਤੇ ਬਦਲ ਖਲੋ ਰਿਹਾ ਤੇ ਉਹਨਾਂ ਨੂੰ ਆਦਾ ਪਿੱਛਾ ਕੋਈ ਨਹੀਂ, ਅਬੂ ਜਹਿਲਾ ਦਾ ਕੋਈ ਨਹੀਂ, ਤੇ ਆਦਾ ਹਾਏ ਕਿਸਮਤ, ਬੰਦੇ ਹੀ ਮੁੱਕ ਗਏ ਤੇ ਬਦਲ ਹੀ ਰੁਕ ਗਿਆ, ਮੁਸਤਫਾ ਦੇ ਚਾਚੇ ਦੀ ਆਵਾਜ਼ ਹੀ ਪਾਗਲ ਹੋ ਗਿਆ, ਮੇਰੀ ਤਾਂ ਹਰ ਸ਼ਾਇ ਰਾਮ ਦੀ ਪਿੱਛਾ। ਜੀ ਮੈਨੂੰ ਸਮਝਾਇਓ ਹਰ ਸ਼ਾਇਦ ਦਾ ਮਤਲਬ, ਫਰਮਾਇਆ ਮੇਰਾ ਇੱਕ ਦੁਰ ਯਤੀਮ ਹੈ, ਨਾਮ ਅਹਿਮਦ ਹੈ, ਮੇਰਾ ਬਦਰੀਆ ਹੈ, ਮੈਂ ਪਾਲਿਆ ਹੈ, ਉਹਨੂੰ ਬਹਾ ਤੇ ਆ ਭਾਦਾ, ਤੂੰ ਅਮੀਨ ਹੈ, ਤੂੰ ਭਾਰਾ ਦੇ, ਅਸਾਂ ਰੋਟੀ ਖਾ ਲਵੀਏ, ਉਹਨਾਂ ਦਾ ਅਸਾਂ ਹਰਾਨੇ, ਉਹਦਾ ਕਿ ਤੂੰ ਸਾਬੋ ਸਬੂ ਇਹਦੇ ਨੂੰ ਟੁਰੋ, ਮੈਂ ਉਹਨੂੰ ਲਈ ਆਵਾਂ, ਪੁੱਤਰ ਨੂੰ ਆਦਾ ਤਲਵਾਰਾ ਚਾਹ ਤੇ ਭਾਰਾ ਦਿਓ, ਮੈਂ ਇਕਬਾਲ ਨੂੰ ਸ਼ਹਿਜ਼ਾਦੇ ਨੂੰ ਲਈ ਆਵਾਂ। ਨਾਲ ਨਾਲ ਤੁਰਿਆ ਹੈ, ਬਦਲ ਤੁਰ ਪਿਆ, ਇਹ ਖਲੋ ਰਿਹਾ, ਤੇ ਆਪਦਾ ਨਾਂ ਕੇ ਫਰਮਾਇਆ ਅਹਿਮਦ। ਇੱਥੇ ਕਹਿ ਜ਼ਮੀਨ ਦੇ ਬੰਦੇ ਨਾਂ ਰੱਖਿਆ, ਮੁਸਕਰਾ ਕੇ ਆਖਿਆ ਅਰਸ਼ੀ ਨਾਂ ਵੀ ਇਹ ਹੋਵੇ, ਜ਼ਮੀਨੀ ਨਾਮ ਵੀ ਇਹ ਹੋਵੇ। ਤਾਰਫ ਕੇ ਕਰਾਵਾਂ, ਮਾਂ ਦੇ ਸ਼ਿਕਮ ਵਿੱਚ ਪਿਓ ਕਜ਼ਾ ਕਰ ਗਿਆ, ਦੁਨੀਆਂ 'ਤੇ ਆਇਆ ਮਾਂ ਕਜ਼ਾ ਕਰ ਗਈ, ਮੁੜ ਉਹ ਬੋਲ ਕੇ ਆਦਾ ਮੁੜ ਤੁਹਾਨੂੰ ਦਾਦੇ ਪਾ ਲਿਆ, ਬਸ ਉਹ ਕਜ਼ਾ ਕਰ ਗਿਆ, ਹੁਣ ਚਾਚਾ ਪਲੈਂਦਾ ਹੈ, ਹਾਂ ਇਹੋ ਤਾਂ ਮੈਂ ਹੀ ਗੁਲੈਂਦਾ ਵਧਾਵਾਂ, ਹੁਣ ਬੁੱਢੜੋ ਗਿਆ, ਮੈਨੂੰ ਰੱਬੀ ਲੱਭ ਪਇਓ, ਹੁਣ ਉਹ ਹਰ ਕੋਈ ਉਦੂ ਗਿਆ, ਤੁਸੀਂ ਇਦੂ ਆਓ ਨਾ, ਉਸ ਮਣਿਓ ਲੈ ਗਿਆ ਜਿਹਦੀ ਅਲਮਾਰੀ ਜਿੱਕੀ ਆਈ, ਬੰਦੇ ਨੂੰ ਸਿਰ ਜਿੱਕਾ ਕਰਕੇ ਲੱਗਣਾ ਪੈਂਦਾ ਈ, ਆਪਣੇ ਆਪ ਨੂੰ ਆਦਮਦਾ ਮੈਨੂੰ ਹਵਾਰੀ ਆਦੇ ਆਇਆ, ਜਿਹੜਾ ਉਹ ਆਉ ਸੀ ਨਾ, ਉਹ ਜਿੱਥੋਂ ਲੱਗਣ ਲੱਗ ਸੀ ਨਾ, ਉਹ ਜਾ ਆਪੇ ਇੱਕੋ ਜਿਹੀ ਹੋ ਗਈ ਸੀ। ਸੁਣੋ 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 ਸੁਣੋ, ਯਾ ਮੁਸਤਫਾ ਸਾਹਮਣੇ ਆਏ ਨਾ, ਪੈਰਾਂ ਲਈ ਜਾ ਜਿੱਕੀ ਹੋ ਗਈ, ਛੱਤ ਵਾਲੀ ਉੱਚੀ ਹੋ ਗਈ, ਮੁਸਤਫਾ ਸਿੱਧੇ ਲੱਗ ਗਏ, ਇਹ ਪਿੱਛੋਂ ਤ੍ਰਿਖ ਹੋ ਕੇ ਵੜਨ ਲੱਗਾ, ਉਹ ਜਿੱਕੀ ਹੋਈ, ਮੱਥਾ ਜ਼ਖਮੀ ਹੋਇਆ, ਆਦਾ ਉਹ ਜਾਣੇ ਹੋ ਵਜੇ, ਪਤਾ ਤਾਂ ਲੱਗ ਗਿਆ ਤ੍ਰੀ ਨਿਸ਼ਾਨੀ ਗੱਲ ਗਈ ਏ। ਕਿਆ ਕਹਿਣਾ ਤੇਰੇ, ਖੂਬਸੂਰਤ ਸੁਣਨ ਦਾ ਤਰੀਕਾ ਬੜਾ ਹੀ ਸੋਹਣਾ, ਅੰਦਰ ਆ ਗਏ ਤੇ ਖਾਣਾ ਰੱਖਿਆ, ਸਦਕਾ ਹੈ, ਸਦਕਾ, ਚਾਚਾ ਬਦਰੀਆ ਬੈਠੇ, ਜਿਹਨਾਂ ਨੂੰ ਮਾਨਣਾ ਨਹੀਂ ਆਉਂਦਾ ਕਰ ਦੇਵਾ, ਇਹ ਜਿਹੜੇ ਬੰਦੇ ਸਦਕਾ ਦੇਣ ਨਾ,
ਉਹ ਆਪਣੀ ਬਲਾ ਕੱਢ ਕੇ ਉਸ ਚ ਰਲਾ ਰੱਖਦੇ ਨੇ ਭਾਈ ਮੇਰੀ ਬਲਾ ਇਸ ਚ ਰਲ ਵਜੇ ਤੇ ਇਹ ਮੇਰਾ ਸਦਕਾ ਸਦੀ ਵੇ ਤੇ ਇਹ ਬਲਾਈ ਸੈਯਦ ਨਹੀਂ ਖਾਂਦੇ ਇਹ ਬਲਾਈ ਖਾਂਦੀਆਂ ਸਾਰੀ ਜ਼ਿੰਦਗੀ ਬਲਾਈ ਖਾਵਣ ਵਾਲੇ ਨੂੰ ਕਈ ਤਤਵੀਜ਼ ਹੈ ਜੋ ਤਤਹੀਰ ਕਈ ਵਾਰ ਖੁਦਾ ਦੀ ਕਸਮ ਡਰ ਤੂੰ ਗੱਲ ਨਹੀਂ ਕਰਦੇ ਹੁਣ ਹੱਕ ਬੋਲਣ ਤੇ ਪਰਚੇ ਆਉਂਦੇ ਪਏ ਅੱਲਾ ਆਪਣੇ ਤਾਲਫ ਕਰਨ ਇੱਕ ਮਖਲੂਕ ਬਣਾਈਏ ਦੂਈ ਮਖਲੂਕ ਨੂੰ ਦੱਸਣ ਕਾਣ ਜੋ ਮੈਂ ਹਾਂ ਉਹ ਦੱਸਣ ਮਰੀਮਨ ਤਾਈ ਦੱਸਣ ਬੇ ਵਤਨ ਉਮਨ ਤਾਈ ਦੱਸਣ ਜੋ ਇਹ ਅੱਲਾ ਦਾ ਤਾਰਫ ਬਣ ਕੇ ਆਏ ਨੂੰ ਜੇਲੇ ਦੇ ਉਹ ਆਏ ਨ ਇੱਥੋਂ ਵਾਲਿਆਂ ਆਪਣੇ ਤਿਆਰ ਕਰ ਲੈਣ ਉਹ ਜੇ ਤੇਰੇ ਕੋਲ ਜੇ ਤੇਰੇ ਲਾਇਕ ਦੀਨ ਦੇ ਬੰਦੇ ਹੈ ਨਾ ਮੈਨੂੰ ਅੱਲਾ ਤੋਂ ਪੁੱਛਦੇ ਕਈ ਜ਼ਰੂਰਤ ਆਈ ਅਹਿਲ ਬੈਤ ਬਣਾਵਣ ਦੀ ਪਿਛਲੇ ਆਓ ਮੁਤਮੈਨ ਬੈਠੇ ਠੀਕ ਹੈ ਸੁਭਾਨ ਇਹ ਕਦੀ ਤੁਸੀਂ ਫਰੰਟ ਸੀਟ ਤੇ ਹੋ ਆਣਾ ਪਰੇਸ਼ਾਨ ਹੋ ਗਿਆ ਮੁਤਮੈਨ ਅੱਲਾ ਇੱਜ਼ਤ ਸ਼ਰਫ ਦਿਵਨੇ ਬਨਾਮ ਹੁਸੈਨ ਹਮੇਸ਼ਾ ਆਬਾਦ ਰਹੋ ਹਾਂ ਇੱਕ ਸਦਰ ਫਜ਼ਾਇਲ ਦੀ ਹੋਰ ਆਖ ਲਵਾਂ ਮੁਸਤਫਾ ਨਿਸ਼ਾਨੀ ਲੱਗ ਗਈ ਸਦਕਾ ਨਹੀਂ ਖਾਂਦਾ ਹਦੀ ਲਾਇਆ ਖਾ ਲਿਆ ਉਹਨੇ ਹੁਣ ਉੱਤੂ ਵੇਖਦਾ ਰਸੂਲ ਦੇ ਸਿਰ ਦੇ ਪੈਗੰਬਰ ਫਰਮਾਇਆ ਕੰਨੀ ਨੂੰ ਵੱਲ ਪਿਆ ਦੇ ਨਾ ਮੈਨੂੰ ਖਾਣਾ ਖਾਵਣ ਦੇ ਤੈਨੂੰ ਚੋਲਾ ਲਾ ਤੇ ਜ਼ਿਆਦਤ ਕਰੀ ਸਾਂ ਮੈਂ ਉਹ ਆ ਕਰਾਈ ਜਨਾਬ ਅਬੂ ਤਾਲਿਬ ਨੂੰ ਅਗਲ ਮਿਹਰਬਾਨੀ ਕਰ ਇਹਨੂੰ ਸ਼ਾਮ ਨੂੰ ਲੈ ਵਾਂਗੇ ਤਾਂ ਦੁਸ਼ਮਣ ਦੇ ਮੁਸਕਰਾ ਕੇ ਆਖਿਆ ਇਹਦਾ ਮੁਹਾਫਿਜ਼ ਜੋ ਬਹੁਤ ਵੱਡਾ ਹੈ ਤੁਹਾਨੂੰ ਸਾਰੀ ਜ਼ਿੰਦਗੀ ਦੀ ਇਬਾਦਤਾਂ ਦਾ ਵਾਸਤਾ ਹੈ ਅਹਿਲੇ ਬੈਤ ਅਲੀ ਨੂੰ ਮੰਨਣ ਤੋਂ ਬਾਅਦ ਮਰਦਿਆਂ ਤੱਕ ਮੁਤਮੈਨ ਰਿਹਾ ਕਰ ਗਰਦਨ ਲਵੇ ਤੇ ਭਾਵੇਂ ਸਾਹ ਮੁੱਕੇ ਤੂੰ ਬੇਵਾਰਿਸ ਨਹੀਂ ਤੂੰ ਤਾਰੀਖ ਬਣੀ ਮੇਰੀ ਸ਼ਾਮ ਵਿੱਚ ਹਜ਼ਰਤ ਮੂਸਾ ਦੇ ਬੰਦਾ ਨਾਲ ਇੱਕ ਬੰਦਾ ਹੀ ਉਹ ਆਇਆ ਬੈਠਾ ਹੀ ਤੇ ਉਸ ਜਿਹੜਾ ਰਿੱਠਾ ਨਾ ਸ਼ਹੀਦਾਂ ਦਾ ਹਾਲ ਤੇ ਕੈਦੀਆਂ ਦਾ ਹਾਲ ਉਹ ਸਿਰ ਤੇ ਮੂੰਹ ਰੱਖਿਆ ਅਗਲ ਕੁੱਠ ਰਹੀ ਬੁਲੈਨਾ ਮੈਨੂੰ ਆਪਣਾ ਕਲਮਾ ਪੜਾ ਜਿਹੜਾ ਕਲਮਾ ਪੜ ਲਿਆ ਤੇ ਉਸਦਾ ਕਹਿੰਦਾ ਇਤਨਾ ਮਾਰੋ ਅੱਗੇ ਤੇ ਆਈ ਉਹ ਨਾਂ ਦਾ ਹੁਣ ਮੁਸਲਮਾਨ ਕੁੱਟੋ ਉਹ ਜਿਵੇਂ ਜਿਵੇਂ ਮਾਰੇ ਉਹ ਹੱਸੇ ਤੇ ਸੱਜੇ ਖੱਬੇ ਵੇਖੇ ਵਾ ਕਿਉਂ ਸਭ ਮਰੇ ਨਾ ਤੂੰ ਸੱਜੇ ਖੱਬੇ ਕਿਵੇਂ ਨਾ ਅੱਗੇ ਬੇਵਾਰੇ ਸਮਝੇ ਲੈ ਤਾਂ ਮਾਰਨਾ ਸ਼ੁਰੂ ਕੀਤਾ ਹੀ ਪਤਾ ਨਹੀਂ ਤਾਜਾ ਲੈ ਕੌਣ ਨੇ ਜਿਹੜੇ ਲੰਮੇ ਨਾ ਆਏ ਖਲੇ ਮੁਸਤਫਾ ਬੜੀ ਸ਼ਾਹ ਨਾਲ ਹੈ ਈਸਾਈ ਆਖੇ ਖੈਰ ਨਾਲ ਵੰਜਣਾ ਪੈਗੰਬਰ ਫਰਮਾਇਆ ਤੇਰੇ ਕੋਲ ਰਾਨਿਆ ਇਹ ਸਾਡਾ ਅੱਧਾ ਕਾਫਲਾ ਪਹਿਲੂ ਬਈ ਸੀ ਉੱਤੇ ਰਾਹ ਇੱਕ ਮਕਾਮ ਤੇ ਆਈ ਕਯਾਮ ਗਾਹ ਜਿੱਥੋਂ ਇਹਨਾਂ ਨੂੰ ਪਾਣੀ ਲੱਭਦਾ ਹੀ ਚਸ਼ਮਿਆਂ ਵਾਲਾ ਅਬੂ ਜਹਿਲ ਆਖਿਆ ਉਹ ਮੰਜ਼ਲਾਂ ਕਰ ਤੇ ਜੇ ਲਈ ਇੱਥੇ ਅਪੜ ਸਰਨਾ ਅੱਗੋਂ ਪਾਣੀ ਕੋਈ ਨੋ ਸੀ ਤੇ ਸ਼ਾਮ ਦੇ ਵੰਜਣ ਤੋਂ ਪਹਿਲੂ ਰਾਹ ਕਮਜ਼ੋਰ ਤੇ ਲਾਚਾਰ ਉਸਨ ਇਹਨਾਂ ਨੂੰ ਵੱਢ ਛੁੜੇ ਸਾਂ ਮਾਲ ਖੋਹ ਲਈ ਸਾਂ ਕਿਵੇਂ ਪਾਣੀ ਮੁਕਾਇਓ ਉਹਨਾਂ ਆਪ ਪੀ ਲਿਆ ਰੱਜ ਕੇ ਤੇ ਪੱਥਰਾਂ ਤੇ ਚੂਨਿਆਂ ਨਾਲ ਉਹ ਚਸ਼ਮਾ ਬੰਦ ਕਰ ਦਿੱਤਾ
मुस्तफा चाचे नाल जेले उत्थे अपड़े उन्ना के होन पानी किनू लवाए सरकार अबू तालिब तू बजुर्ग है कोई होर जा याद होवे फरमाया इस्माइल दा सरदार लई वधियो तो पानी तो परेशान वधियो इस्माइल दे पैरां दी एड़ियां नाल चश्मा जमजम निकल सकदा है मेरे मुस्तफा दे सदके नहीं निकल सकदा जमीन ते पैर नहीं नहीं जोर न लाइए थक न पो जितू जितू सुन ते आंदे हो मैं कोई तुहाडे बलद लोह अदा करे ना एक गर्मी है हबस है पसीना लांदा है नमकियात खारिज होंदे ने बानी कोई तुहानू रेडबुल दे जूस खला पी वेंदा भाई कमजोरी ना मने या तो घरों पी तो एक एक आओ भाई चलो एक जाकर तो फ्रेश हो के सुन लो मेरे मुस्तफा दा पहुंचना पैगंबर जमीन तेड़ी दबाई है चश्मा पानी दा जारी हो राजी के पीते ने मश्क भर लिया त्रिखे टुरो अगले सारे राह चो समझे ले उन्ना दिखा ना ये तो बड़े त्रिखे पयम दिन इनम तो प्यास ही कोई नहीं वो काफला लईदा नस गया हजरत रसूल खुदा दे आमन तो पहलू उस अपना समान बेच के कजावे बूत दे सटेंदे निकल पाए मुस्तफा कयाम कर लिया शाम च समान तसली नाल बेचिया मुड़े एडे मक्के आले पढ़े लिखे आए लोग मदीने ते मक्के आले भाई ये समान वेचन वहींदे आन तो छड़ा वेचन वहींदे आन सुन लो कुछ नहीं होंदा छड़ा वेचन वहींदे आन लहींदे ना आन लमन आले वखरे वेचन आले वखरे पहली बारी मेरे मुस्तफा कम कीता समान वेचिया जेड़ा मदीने दी जरूरत दा यो ले लिया के मदीने वेचना ही बीबी चबूतरे ते खलो ते कनीजा नाल वेदी खली है अचानक बीबी अधीर में डिठा है आसमान तो एक पाल की एक अमारी नूर दी लथी है जिनु बारु हूरा ने जन्नत पकड़े हुए सुल्ले अलाद शोर पिये मचेंदियन विचालच रहमत कुल खुलक ते मुल्क तो आया होया पैगंबर दू लबन के मेरे पास आंदा पिया अचानक वेदी तो यगैर हुए ते बारु मैसर दी बीबी मुबारक ने काफला आ गया है बीबी का वापस चला जा काफले दे रल रल के आ जेड़ा मैं अगे मंजर दिखा इंशाल्लाह मैनू मुड़ नजर आवे इतला मिल गई माल रखिया रसूल घर चले गए अबू तालिब साहब ने समान रखिया ए असल माल तेरा ये दो हिस्से मुनाफे दे के आखे दो हिस्से अद तेरा ये हिस्सा मेरे यतीम दा बीबी आखे ये न लो तेरा मुहम्मद यतीम है कोई करनी हो दी शादी ये जेड़ा मैनू मुनाफा दिता ही ना ये मैं तेरे मुस्तफा नू देनी आ कई लड़की वेख के लवे आए ते मुड़ सुचेनी आ जेड़ा तेरा मुस्तफा शरीफ है ना ये जरा असल माल में दिता ये ही लैला अल्लाह वास्ते कोशिश करें उदे मियार दी औरत गोले क्या मुफ्त सुनन आले हो क्या तुहाडी शान है मुफ्त की नहीं सुनी दा है ना बोलिया ना हलिया ना जुलिया जिवें आया उन्हें लगा गया पहाड़ जड़ी सतरे मैं वेखा बंदा कि सुन के बर्दाश्त करेंदा है सरकार आखे वह हर शह तो दीती आई क्या इतने माल दाल तो रही वही सी मेरे को मुल्क दस कई मंडी दस जितू नहीं लाया वा मैं बुझना मेरे मरण तो बाद ये मेरा मुस्तफा है ये तो मैं बचाईदा बचाईदा पुत्रा ले बिस्तर वटाई रखे ये जीवे पिया हुण मैं बुझड़ो हो गया मेरा दिल ले कई औरत ही हो जाई आवे जी ये नौकरी करे मेरे बाद इन औखा ना करे बीबी आदि जे मैं इधरू पूछना ने ना तुझे पानी पियो खाना खाओ तो मैं अंदर तजवीज करे नहीं है केड़े मुल्क दी कनीज होवे ये मेरा अल्लाह इन्हों हमेशा जाकर मुफ्त लभा
ਇਹ ਜਿੱਥੇ ਹੀ ਦਿਲ ਕਰੇ ਨੂੰ ਤਾਂ ਮੁਫਤ ਸੁਣਨ ਮੈਂ ਤੇਰਾ ਜਿਗਰ ਵੇਖਾਂ ਲਫ਼ਜ਼ ਸੁਣ ਮਲੀਕਤੁਲ ਅਰਬ ਕਾਫੀ ਦੇਰ ਬਾਅਦ ਅੰਦਰ ਆਈ ਜਦੀ ਆਖਾ ਮੈਂ ਦੁਨੀਆ ਤੇ ਨਿਗਾਹ ਕੀਤੀ ਹੈ ਤੇਰੇ ਮੁਸਤਫਾ ਦੇ ਮਿਆਰ ਦੀ ਔਰਤ ਹੀ ਕਾਈ ਨਹੀਂ ਸਰਕਾਰ ਸੋਚਣ ਲੱਗ ਗਏ ਆਪਣਾ ਤਰਕਈ ਦਿੱਤੀ ਬੈਠੀ ਹੈ ਮੁਨਾਫਾ ਹੀ ਦਿੱਤੀ ਬੈਠੀ ਹੈ ਸਾਦਾ ਨਫਾ ਹੀ ਰਲਾ ਤੇ ਦੁਨੀਆ ਤੇ ਔਰਤ ਹੀ ਕਾਈ ਨਹੀਂ ਅਬੂ ਤਾਲਿਬ ਮਤਾ ਆਪ ਪਰਨੀਂਦੀ ਹੋਵੇ ਤੇ ਦੀਏ ਭੈਣ ਵੀਰਾ ਕੋਈ ਨਹੀਂ ਪਿਓ ਮਾਂ ਮਰ ਗਏ ਨਾ ਆਪ ਆਖ ਨਹੀਂ ਸਕਦੀ ਫਰਮਾਇਆ ਬੇਟੀ ਮੈਂ ਤਾਂ ਤੇਰਾ ਰਿਸ਼ਤਾ ਹੀ ਮੰਗ ਲਈਆਂ ਮਗਰ ਮੇਰੀ ਮਜਬੂਰੀ ਹੈ ਤੂੰ ਬਾਦਸ਼ਾਹ ਨੂੰ ਇਨਕਾਰ ਕੀਤਾ ਸਰਕਾਰ ਮੁਸਕਰਾਏ ਬੀਬੀਆ ਦੀ ਆਖਾ ਹੀ ਹੋ ਜਾਏ ਕੰਮਾ ਕਾਣ ਵਜੀਂਦਾ ਮੰਗਣਾ ਕਿਹੜਾ ਜੁਰ ਮੈਂ ਸਰਕਾਰ ਹਰ ਸ਼ਹਿ ਉਠਾਈ ਪਈ ਰਾਮ ਦਿੱਤੀ ਮੇਰੀ ਜੀ ਇਹ ਮੁਨਾਫਾ ਤੇ ਹਰ ਸ਼ਹਿ ਰੱਖੇ ਨਾ ਮੈਂ ਪਹਿਲੂ ਤੇਰੇ ਚਾਚੇ ਤੂੰ ਹੋਇਆ ਵਾ ਆ ਗਏ ਚਾਰ ਬੰਦੇ ਰਲਾ ਤੇ ਅਦਰੂ ਨੌਫਲ ਪੁੱਛਿਆ ਮੈਂ ਬੁੱਢੜਾ ਹੁਣ ਸੋਟੀ ਤੇ ਉੱਠੀ ਵਾਂ ਨੌਕਰ ਕੋਈ ਨੀ ਖਲਾ ਕਿਹੜਾ ਹੈ ਉਸ ਆਖਿਆ ਦਰਬਾਰ ਮੈਂ ਕਾਬਾ ਅਬੂ ਤਾਲਿਬ ਕਿਵੇਂ ਆਇਓ ਮੁਹੰਮਦ ਪੁੱਤਰ ਵਾਸਤੇ ਰਿਸ਼ਤਾ ਲਵਣ ਆਇਆ ਕਹਿੰਦਾ ਮਲੀਕਤੁਲ ਅਰਬ ਦਾ ਵਾਦਾ ਮੇਰੀ ਬਾਦਸ਼ਾਹ ਨੂੰ ਨਹੀਂ ਪਰਨੀ ਯਤੀਮ ਰਲਾ ਕੇ ਤੁਰ ਪਿਆ ਮੈਂ ਨਹੀਂ ਬੂਹਾ ਲੈਂਦਾ ਵੰਜ ਪਿਆ ਸਰਕਾਰ ਵਾਪਸ ਆਇਆ ਬੂਹਾ ਖੜਕਾ ਕੇ ਮੇਰੀ ਧੀ ਉਸ ਨਾ ਪਾਣੀ ਪੁੱਛਿਆ ਨਭਾਣ ਦਿੱਤਾ ਬੀਬੀ ਆਦੀ ਆਖਾ ਪਰੇਸ਼ਾਨ ਨਾ ਹੋਈ ਹੋ ਜਿਹਾ ਕੰਮਾਂ ਤੇ ਬਾਰ ਬਾਰ ਵਜੀਂਦਾ ਗੱਲ ਨਹੀਂ ਤੇ ਪਰਸੋਂ ਵੱਧ ਲੱਗੇ ਵਜਿਆ ਜਿਹੜੇ ਟੁੱਟਣ ਲੱਗੇ ਆਖਾ ਮੇਰੀ ਇੱਕ ਗੱਲ ਤਾਂ ਸੁਣੋ ਹਾਂ ਮੇਰੀ ਜੀ ਅਗਰ ਕੋਈ ਮੇਰਾ ਪਿਓ ਚਾਚਾ ਸ਼ਰਤ ਰੱਖੇ ਨਾ ਕਬੂਲ ਕਰਿਆ ਅੱਲਾ ਦੀ ਕਸਮ ਹੈ ਤੁਸ ਜ਼ਾਕਿਰ ਹੋ ਜੇ ਤੁਹਾਨੂੰ ਮੇਰੀ ਇਹ ਗੱਲ ਯਾਦ ਰਹੀ ਅਗਲੇ ਜੁਮਲੇ ਵਾਸਤੇ ਤਾਂ ਤੁਸੀਂ ਪਹਿਲੂ ਦਾਦ ਦੇਵਣ ਲੱਗ ਪੈਸੋ ਤੇ ਜਿਹੜਾ ਪਹਿਲੂ ਦਾਦ ਨਾ ਪਿਆ ਦੇਂਦੋ ਸੀ ਮੈਂ ਅਕਸਰ ਇਹ ਉਹਨੇ ਅਧੂਰਾ ਹੈ ਇਹਨੇ ਮਜਮਾ ਬਣਾਈ ਬਤਾ ਆਖਾ ਅਗਰ ਕੋਈ ਮੇਰਾ ਚਾਚਾ ਸ਼ਰਤ ਰੱਖੇ ਨਾ ਕਬੂਲ ਕਰਿਆ ਹੈ ਤੇ ਦੇਰ ਹੀ ਨਾ ਕਰਿਆ ਹੈ ਟਾਈਮ ਹੀ ਨਾ ਲਵਿਆ ਜੇ ਕੋਈ ਸ਼ਰਤ ਰੱਖੇ ਗੱਲ ਯਾਦ ਰੱਖਣੀ ਹੈ ਉਸ ਵੇਲੇ ਸ਼ਾਮ ਆਉਂਦੀ ਵਧੀਆ ਹੀ ਨੌਫਲ ਆ ਗਏ ਔਰ ਮੇਰੀ ਧੀ ਹਾਸ਼ਮੀ ਆਇਆ ਹੈ ਨਾ ਮੈਂ ਤਾਂ ਪਾਣੀ ਨਹੀਂ ਪੁੱਜਿਆ ਲਾਇਆ ਕੁੰਡਾ ਹੀ ਨਹੀਂ ਕਿਉਂ ਰਿਸ਼ਤਾ ਤੇਰਾ ਪੁੱਛਣਾ ਵਧਿਆ ਬੀਬੀ ਰੋਵਣ ਲੱਗ ਗਈ ਤਵਜੋ ਤੂੰ ਮੈਨੂੰ ਸਾਰੀ ਜ਼ਿੰਦਗੀ ਨਾ ਸੁਣੇ ਮਗਰ ਇਹ ਇੱਕ ਗੱਲ ਤਾਂ ਸੁਣ ਜਾ ਜਨਾਬ ਰੋਵਣ ਲੱਗ ਗਏ ਨੌਫਲ ਸਿਰ ਤੇ ਹੱਥ ਰੱਖੇ ਮੇਰੀ ਜੀ ਕਿਉਂ ਨੀ ਅਜੀ ਬਾਬਾ ਇੱਥੇ ਬਾਦਸ਼ਾਹ ਕੋਲ ਇਤਨਾ ਮਾਲ ਕੋਈ ਨਹੀਂ ਜਿਤਨਾ ਮਲੀਕਤੁਲ ਅਰਬ ਕੋਲ ਹਾਂ ਮੇਰੀ ਜੀ ਮੈਂ ਜਾਣਨਾ ਚਾਚਾ ਕਦਾ ਹੀ ਕੋਈ ਸੁਣੀ ਮੈਨੂੰ ਡਾਕੂ ਲੁੱਟਣ ਆਏ ਹੋਵੇ ਹੋ ਸਕਿਆ ਕੋਈ ਨਾ ਹੋ ਸਕਿਆ ਕਦੀ ਵਜ੍ਹਾ ਹੀ ਸੋਚੀਏ ਜਿਹੜੇ ਨਹੀਂ ਹੋ ਸਕਿਆ ਸਿਰਫ ਇੰਨਾ ਹਾਸ਼ਮੀਆਂ ਦੇ ਰੋਬ ਤੂੰ ਬੰਦਾ ਖੁਦ ਕਸੀ ਕਰ ਲੈ ਤੇ ਚੁੱਪ ਮਜਮੇ ਚ ਨਾ ਪੜੇ ਮੁਸਤਫਾ ਦੇ ਰਿਸ਼ਤੇ ਦੀ ਤਜਵੀਜ਼ ਚਾਚਾ ਹਾਸ਼ਮੀਆਂ ਦੇ ਰੋਬ ਤੂੰ ਮੈਨੂੰ ਕੋਈ ਲੁੱਟਣ ਨਹੀਂ ਆਉਂਦਾ ਤੂੰ ਰਿਸ਼ਤਾ ਨਾ ਦੇਵੇਂ ਆ ਕੋਈ ਚੰਗਾ ਬਹਾਨਾ ਕਰ ਲਿਆ ਮੇਰੀ ਧੀ ਕਿਵੇਂ ਤੂੰ ਕੋਈ ਸ਼ਰਤ ਏਡੀ ਵੱਡੀ ਰੱਖੇ ਆ ਜੇ ਹਾਸ਼ਮੀ ਪੂਰੀ ਨਾ ਕਰ ਸਕੇ ਨਾ ਜੈ ਦਾਦ ਨੇ ਦਿੱਤੀ ਹੈ ਮੇਰਾ ਮੌਲਾ ਇਹਨਾਂ ਨੂੰ PhD ਕਰਾ ਹੁਣ ਮੁੜ ਪਿੱਛਾ ਬਈ ਨਾ ਮੁੜ ਪਿੱਛਾ ਬਈ ਨਾ ਬੀਬੀ ਆਖੇ ਆਕਾ ਮੇਰਾ ਕੋਈ ਚਾਚਾ ਸ਼ਰਤ ਰੱਖੇ ਨਾ ਕਬੂਲ ਕਰਿਆ
ہوں نوفلا کا بیٹھا میری دھی جو کئی شرط چ رکھے تو تر ہاشمی چوکے امیر ہو سرکار آ کے کیویں کہ میری دھی جو آ کے ایک لکھ سرخ دینار ایک لکھ سونے دا سکہ میری دھی دا حق مہرے یہ ہاشمی کیویں دسو سرکار زمین دروے کہ یہ تو تینوں پتا ہی نہیں ہاتھ اتنا مال ہے ہی کوئی نہ بھائی سانو مکرن دی لوڑ ہی نہ رہی اسا تے اس تو پریشان آ جے میں کٹھے کاری لیواں تو مکر سے تے نہیں آئے میرا اللہ کیا کہہ رہا ہے تیرے سنن دا میں مطمئن ہاں میں نوی میں لڑدا کیوں ہاں او میرا آپ کنی گھٹی دیے بھائی کچھی والے جو نہ سنے نا گھٹ گھٹ کے گل سمجھائی نا کیوں میں پریشان ہاں میں لکھ کٹھے کراں تو تو مکر اس آخیا مینو کتاب عیسیٰ دی قسم ہے میں مسلمان ہاں عیسیٰ تے ایمان رکھنا مینو پوری زندگی دی بندگی دی قسم ہے تیرا جدا دل کرے تو بندے لا تے ایک لکھ دینار لایا میں تینو رشتہ دیسا میرے سرکار حضرت ابو طالب آخیا ہے نفل میں تیرے کول تاریخ تتا لواں اے موقع مت ونی ونجے بندے ایو میں تو ہی ایتھائیوں میں ایتھائی باو تے میں ہن ایک لاکھ دینار چاہیے ہاں میں تینو مکرن دا وقت ہی نہیں دیندا ٹھیک پہ پڑھنا تکائی نے دیتی بے نسے ستا راکھا اب تو سب داد دے ہو آنا تک چلو میں نے کئی ذری مارکی دی بوتل دا لب پویا میں تو دا پرسو کے میرے میار تنے پہ بولین دے جائیں دے جائیں دے کولی مارکی ہے میرے گلے کالو میں نے دین دا ہی نہیں رکھا یہ بندے گوشت بنے ان لب سن کے داد نہ دیں فضیلت دیگر سن سرکار آئے تو بوا کھڑکایا یا بوا کھڑکا بی بی آکے آقا ابو طالب ہو میری دھی کہیں دسے یا آقا میں ساری رات ایک لکھ سرخ دینار گن دی رہی ہیں میسرا جی جی بی بی فرمایا ایک لاکھ سرخ دینار ابو طالب دے موٹے تے رکھ جا آج واپس ہونے وجنا ہے یہ رکھ جا جو گلیاں دے وچ رول دی ہوئی رسالت میں آج خرید لما میرے محمد نو کل کوئی ناکھے غریب آئی دولت دی پارو بڑھڑی نال نکاح کی تس ایک لاکھ سرخ دینار حق مہر دی تجویز کرا کے زمانے نو دسیا ملیکت العرب مصطفیٰ میرا غریب نہیں میرے بختاں دا مالک ہوں کا شدے سد پڑسائیں حسین دا گھر بننا میں پڑھی رکھا تو منہ در مست رہو کیا فائدہ کاش دسو کوئی اٹھی سو چندا چندا کوئی نیاز کوئی بارگاہ نہ کوئی حساب کتاب ایک مومن پیسے دیتے دل تو کوئی نہ ہی دے من کان دسو ہی کوئی نہ منہ ہزار روپیہ اس دیتا ہے نیاز امام بادشاہ دے گھر واسطے اللہ اولاد نرینہ عطا کرے اگلے سال 5000 بارگاہ حسین وچ دیسی ملک آصف اس بندے دا نام ہے اگلا لفظ مجرور نہیں پڑھیندا
ਖੈਰ ਦੇ ਢੇਰ ਸਾਰੇ ਵਿਰਾ ਹਨ ਵੱਖਰੇ ਵੱਖਰੇ ਦੇ ਮੈਂ ਨਾ ਢੇਰ ਹਨ ਅਤੇ ਨਿਆਜ਼ ਥੋੜ੍ਹੀ ਕਿਵੇਂ ਦਿੰਦੇ ਪਏ ਹੋ ਇਹ ਮੇਰੀ ਏ ਮਤਲਬ ਬਾਰ ਗਾਹ ਲੈ ਵੇਖਣ ਲੱਗ ਵੰਜੋ ਸਜਾਦ ਖਾਨ ਉਹਨਾਂ ਦੇ ਆਪਣੇ ਵਿਰਾ ਪਿਛਲੇ ਰਿਨ ਉਹਨਾਂ ਕੋਈ ਨਿਆਜ਼ ਦਿੱਤੀ ਏ ਮੈਂ ਸੁਚੇਂਦਾ ਪਿਆ ਮਵਾਫਿਰ ਮਜਲਿਸ ਹੀ ਨਹੀਂ ਪੜ੍ਹੀ ਅਤੇ ਗਰ ਕਾ ਛੱਦੇ ਗੱਲਾਂ ਆ ਨਿਆਜ਼ਾਂ ਪੱਕਣੀਆਂ ਹਨ ਵੇਖ ਲਾ ਕਿਹਦਾ ਕਰੀਮ ਹੈ ਪੈਸੇ ਕਹਿੰਦੇ ਨੂੰ ਪਸੰਦ ਆ ਆਪਣੇ ਕਾਨ ਕਰੇਂਦਾ ਬਹਾਨੇ ਕਹਿੰਦੇ ਕਰੇਂਦਾ ਹੈ ਕਰੀਮ ਅੱਲਾ ਹਸਨ ਖਾਨ ਨੂੰ ਗੁਲਾਮ ਮੁਸਤਫਾ ਖਾਨ ਨੂੰ ਕਰੀਮ ਅੱਲਾ ਇਹ ਦੁਆ ਦੇ ਤਾਲਿਬ ਇਹਨਾਂ ਨੂੰ ਸਿਲਾ ਤਾ ਫਰਮਾ ਬੰਦਾ ਜਿਹੜਾ ਹੀ ਜਿਤਨਾ ਹੁਸੈਨ ਨੂੰ ਸੁਣਦਾ ਹੈ ਉਹਨੂੰ ਉਤਨਾ ਸਿਲਾ ਤਾ ਹੁਸੈਨ ਨੂੰ ਸੁਣਨ ਦਾ ਮਿਆਰ ਹੈ ਜੇ ਮੁਸਤਫਾ ਗੱਲ ਚੁੰਮਦਾ ਨਹੀਂ ਲੱਗਦਾ ਜਿਹਦੀ ਮੋਹਰ ਲੱਗੀ ਹੋਈ ਹੈ ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ ਉਹਨਾਂ ਮੋਹਰਿਆਂ ਤੇ ਮੁਸਤਫਾ ਬਹਾ ਕੇ ਵਿਖਾਈਂਦਾ ਵਧਾ ਕਰੀਮ ਅੱਲਾ ਇਹਨਾਂ ਨੂੰ ਸਿਲਾ ਤਾ ਫਰਮਾ ਬਸ ਕਰਦੇ ਹੋ ਨਿਆਜ਼ ਦੀ ਤੇ ਮੈਂ ਇਤਨਾ ਟਾਈਮ ਹੋਰ ਹੀ ਪੜ੍ਹ ਲਈ ਸਮਝ ਤਾਂ ਕੋਈ ਪ੍ਰੋਬਲਮ ਨਹੀਂ ਮੇਰੀ ਕੋਈ ਬਾਣੀ ਨਾਲ ਨਿਆਜ਼ ਤਾਂ ਨਹੀਂ ਤੈਅ ਹੋਈ ਹੋਈ ਪਰ ਮੈਨੂੰ ਇਤਨੀ ਦੇਵੇ ਤਾਂ ਮੈਂ ਇਤਨੇ ਮਿੰਟ ਪੜ੍ਹਦਾ ਉਹ ਰੱਬੀ ਉਹ ਨਹੀਂ ਕਾਈ ਨਹੀਂ ਕੀਤੀ ਤੇ ਅਸੀਂ ਆ ਗਏ ਹਾਂ ਚਲੋ ਕੰਮ ਅਜ ਕੰਮ ਪੜ੍ਹ ਤਾਂ ਨੀਅਤ ਨਾਲ ਲਵਾਂ ਹੈ ਇਹ 27,095 ਨਿਆਜ਼ ਹੋਈ ਹੈ ਕੱਲ੍ਹ ਦੀ ਅਤੇ ਇਹ 1,000 ਰੁਪਈਏ ਹੀ ਉਹ ਜਿਹੜਾ ਔਲਾਦ ਦੇ ਨਰੀਨਾ ਵਾਲਾ ਬੰਦਾ ਉਹਦਾ ਲੈ ਲਓ ਭਾਈ ਸਾਨੂੰ ਦੇਵੇ ਆ ਤਾਂ ਸਦੋ ਤਰਾਏ ਵੇਰੀ ਦੁਆ ਮੰਗਾਈਏ ਆ ਇਮਾਮ ਹੁਸੈਨ ਨੂੰ ਦਿੱਤਾ ਸਮੌਲਾ ਜਾਣੇ ਅਤੇ ਪੈਸੇ ਜਾਣੇ ਅਤੇ ਘਰ ਜਾਣੇ ਅਸੀਂ ਇੱਕ ਵਾਰੀ ਆਖ ਛੋੜਿਆ ਉੱਚੀ ਸਲਵਾਤ ਆਲੇ ਰਸੂਲ ਤੇ ਇਹ ਮਹਿਸੂਸ ਨਾ ਕਰਿਆ ਹੈ ਇਹ ਸਾਡੀ ਸਕਾਫਤ ਹੈ ਜਿਹੜਾ ਵਿੱਚ ਬੁਲੇਨੇ ਆ ਇਹ ਸਾਡੀ ਮਿੱਟੀ ਏ ਤੇ ਇਹ ਨਫ਼ਰਤ ਨਹੀਂ ਕਰੀਦੀ ਤੇਰੀ ਬੋਲੀ ਜੋ ਹੈ ਤੇ ਮੈਂ ਨਫ਼ਰਤ ਕਰਾਂ ਤਾਂ ਕਿਹਦੇ ਬਈ ਸਾਂ ਤੇਰੀ ਜ਼ੁਬਾਨ ਹੈ ਮੇਰੀ ਜ਼ੁਬਾਨ ਹੈ ਇਲਾਕਾਈ ਜ਼ੁਬਾਨਾਂ ਬਸ ਇੱਕ ਹੁਸੈਨ ਹੈ ਜਿਹੜਾ ਤੇਰੀ ਜ਼ੁਬਾਨ ਵਿੱਚ ਸਭ ਤੋਂ ਜ਼ਿਆਦਾ ਕਬੂਲ ਹੈ ਜ਼ਿਕਰ ਕਾ ਲੱਗਦਾ ਹੈ ਕੋਈ ਨਜ਼ਰ ਲੱਗ ਗਈ ਹੈ ਤੇਰੀ ਜ਼ਮੀਨ ਨੂੰ ਕੁਝ ਮਜਾਲਿਸ ਦੇ ਸਿਸਟਮ ਵਿੱਚ ਬੰਦੇ ਕੈਸੇ ਆ ਗਏ ਨੇ ਜੋ ਨਵੇਂ ਲੋਕ ਇਸ ਮਿਆਰ ਦੇ ਕੱਛੀ ਚੋਂ ਨਹੀਂ ਪਏ ਲੱਭਦੇ ਜਿਹੜੇ ਲੋਕ ਜ਼ਿਕਰ ਦੀ ਜ਼ੀਨਤ ਬਣਨ ਤੁਹਾਡੀ ਮਿੱਟੀ ਨੂੰ ਸ਼ਰਫ ਹੈ ਸਾਡੇ ਚੋਂ ਤਾਂ ਕੋਈ ਕੋਈ ਹੁੰਦਾ ਕੋਈ ਕੋਈ ਇੱਕ ਤੁਹਾਡੇ ਤਾਂ ਬਹੁ ਪੈਦਾ ਕਰੇਂਦੀ ਹੈ ਮਿੱਟੀ ਬਕੋ ਖਾਮੀਆਂ ਤਾਂ ਕਰੀ ਮੱਲਾ ਦੂਰ ਕਰੇ ਅੱਲਾ ਪੈਦਾ ਕਰੋ ਲੋਕ ਜਿਹੜੇ ਹੁਸੈਨ ਦਾ ਜ਼ਿਕਰ ਕਰੋ ਔਰ ਇਹ ਬੜੀ ਖੂਬਸੂਰਤ ਦੁਆ ਹੈ ਇਹੋ ਜੇ ਜ਼ਾਕਿਰ ਜ਼ਮੀਨ ਤੇ ਪੈਦਾ ਕਰ ਜਿਹਨੂੰ ਦੁਸ਼ਮਣੀ ਸੁਣੇ ਮੁਹੰਮਦ ਅਲੀ ਦੁਨੀਆ ਦਾ ਉਹ ਜ਼ਾਕਿਰ ਆਈ ਜਿਹਨੂੰ ਹਰ ਮਜ਼ਹਬ ਦਾ ਬੰਦਾ ਸੁਣਦਾ ਹੈ ਜਿਹੜਾ ਕਾਰੀ ਆਈ ਉਹ ਕੰਨ ਲਾ ਬੰਦਾ ਆਈ ਮੁਹੰਮਦ ਅਲੀ ਮੋਹ ਛਲਹਾਈ ਉਹੀਓ ਜਿਹਾ ਜ਼ਾਕਿਰ ਆਈ ਜਿਹਨੂੰ ਹਰ ਕੋਈ ਕੰਨ ਲਾ ਕੇ ਸੁਣਦਾ ਹੈ ਯਾਨੀ ਜ਼ਾਕਿਰਾਂ 'ਚ ਹੀ ਆਪਣੀ ਆਪਣੀ ਖਸੂਸੀਅਤ ਹੈ ਅੱਲਾ ਕਬੂਲ ਕਰੇ ਮੌਲਾ ਇਹੋ ਜਿਹੇ ਜ਼ਮੀਨ 'ਤੇ ਬੰਦੇ ਪੈਦਾ ਕਰੇ ਅਗਰ ਤੁਹਾਡੀ ਮਿੱਟੀ ਨਾਲ ਮੁਖਾਲਫਤ ਹੋਵੇ ਆ ਤਾਂ ਮੈਂ ਆਖਾਂ ਮੇਰੀ ਜ਼ਮੀਨ 'ਤੇ ਪੈਦਾ ਕਰ ਨਹੀਂ ਜਿਹੜਾ ਸ਼ਰਫ ਕਹਿੰਦੇ ਅੱਲਾ ਉਹਨੂੰ ਨਸੀਬ ਕਰੇ ਅੱਲਾ ਇਹ ਖੋ ਬਣੀ ਹਾਂ ਬਸ ਆਖਰੀ ਸਤਰ ਫਜ਼ਾਇਲ ਮੁੱਕ ਗਿਆ ਸਰਕਾਰ ਅਬੂ ਤਾਲਿਬ ਨਿਕਾਹ ਪੜਿਆ ਮੈਂ ਉਸ ਦੀਵਾਰ ਸੁਣੀ ਹੋ ਬਈ ਸਾਂ ਜਿਹੜੀ ਦੀਵਾਰ ਕਹਿ ਚੰਗੇ ਹਜ਼ਰਤ ਆਪਣੇ ਨਿਕਾਹ ਖਾਨ ਨਿਕਾਹ ਖਾਨ ਕਾਫਿਰ ਰੱਖਿਆ
نہیں تو قبر تائیں نو کوڑا سڑے سا ابو طالب دے ایمان تے شک کرے نہ ہے خدیجت القبرا تو جڑا نکاح قبول پیا کریندا ہے ابو طالب اج تائیں شیعہ اوہ پڑھ دین تے جڑی پہلی آیت پڑھی ہے ابو طالب نے خدیجت القبرا دے نکاح ہے جو قران وچ پیچھے آئی ہے ابو طالب پہلو پڑھ گیا نسل مصطفیٰ دے ہو جائے بندے ٹرن جنہ اپنے اپنے دور جیڑی جیڑی شاہ جس وقت کان قائم کیتی ہے مصطفیٰ دے دور شریعت بن گئی ہے ایک قتل دے بدلے مصطفیٰ دے پیو حضرت عبداللہ کان گل بڑی لمبی ہے کی کرا رسول پڑھی وے تو کوئی مہینہ کھان تو بندہ پڑھے مصطفیٰ دے پیو دے بچا من کان سو اٹھ ابو طالب دے پیو رکھیا یا ربی را عبداللہ دے گلے تے رکھ وی دیا گلا سانو مار چھوڑو اللہ دے راہ تے عبداللہ قربان نہ کرو جو اے بہو سونا ہے سونا اس گلو لگ دے ہم جو دے وچ مصطفیٰ دا نور آئی ملیکت العرب قرآن دا محبوب مصطفیٰ تو غریب تھا ہم نے تجھے غنی بنایا رسول غنی ہو گئے مصطفیٰ غنی ہو گئے جل ملیکت العرب نال نکاح کیتا بولو یار پہلی رات شب عروسی پھر سنو کیا کہ شب عروسی مصطفیٰ اندر آئے تو رومن لگ گئے بی بی کے زمانے دے رسول رنے کیوں فرمایا میں کوئی شادی کرنا آیا شادی کی تکھلین اندر بی بی تشریف فرمائے تو روم دے ہو آیا کیوں پہ روم دے ہو میں کوئی شادیاں کرنا آیا بی بی کے کیوں آئے فرمایا تبلیغ اسلام کان بی بی کے میں کوئی روکے آئے کر تبلیغ سیدہ دیکھے کرا اسلام کمزور ہے میں غریب ہاں بی بی آکھے میں بانیا کعبہ دے اندروں رجسٹر مقروضان چابہ ہے ایک ایک دا نا چاہا جیڑا آوے بندہ تیرا کلمہ پڑے میں خدیجہ مال معاف کریں دی ویسا بڑے تو دین دا مالک بنے آن کعبہ دے اندر نا چاہ چاہ تے بس کوئی دی ویٹھی ہے ایک بندہ اچھا بولے مصطفیٰ نال تو خود ہے رسول بندہ فلانا بن منیا فلانا تو ایڈا غریب ہے تو کیوں بننا مصطفیٰ نے چوکت کھلار کے بڑا سخت گرم بولیا مصطفیٰ اندر آئے تو بی بی ڈٹھا رنجیدہ آنکھا پریشان کیوں فرمایا مجبوری ہے میں محمد آ چوکت اس نام دے بندہ ہے جڑا مینوں بہت گرم بولیا ہے میرے خلاف بولیا ہے بی بی جی پریشان نہ ہو میں سرا جی سن منن میرے بوئے تے سر جڑے بوئے تے آ کھلوتا بی بی حکم فرمایا تو میرا کتنا مقروض ہے او دے ساری زندگی لہاواں تے قرضہ نہیں لاندا بی بی ادی وقت ایتھائی کھل رہا ہو جتنے تے قرضہ نہیں لاندا بی بی کے آکھے نے فرمایا میرے محمد نو چوک وچ کیویں بولے ہیں میری ہر شے مصطفیٰ ہے زاکری بدے کرے نیا ہے فلانا مضمون پڑھے ہو تو فلانا پڑھے ہو تو بڑا پڑھے آئے ہو میری ساری زاکری حکمنے یہ حکو لب سن غریب ہو گئی اللہ پوتر دے تو جل اللہ علیہ راتی رو بیا تو جلی رات پچھے آ کنیز ہیں کائی میں نو پانی دے لیکن کم دویا ہاتھ بڑھڑا ہاتھ بلند ہو بیا آواز آ بیا کنیز تا کوئی نہیں مات حاضر ہے یہ کونے بنت اسد علی دی پاک ماں بڈڑی اٹھی ویا کم دے ہاتھ نال پانی دے ویا بی بی آکھے اما تو کیوں پانی دینی تو کمزور ہے بی بی آکھے ڈرنی آ مت کوئی تین زہر تے دے وے اما میں کوئی زہر دے سی ہن میں کہ لئی ودیاں جو میں مر وئی سا تاں اس لئی بی بی آکھے تیرے نال
میں بنت اسد نو بڑیاں امیداں وابستہ کئی گل تو لوڑ بھی سن لی کر اس تو بعد تاریخ دیئے ملیکت العرب اللہ تو پتر منگنا چھوڑ دیتا یہ لئی مسلط بے آکھیا ایک دیت دے جا علی دی ماں دے ادھار لائی ونیا جی ایو جی دے جڑی تیرے دین تے لگ ونے بطول دین تے ایو جی لگیے جو رسول دی قبر تے ہاتھ رکھ کے علی آدھیان میں تیری بطول دے دکھ دس ہی نہیں سکدا میں علی جی دا دلیرا میں اوڈا مظلوم یہ ذاکریے یہ پیغام ہے میں باب الحوائج دے ہتھاں دی قسم ہے جتنے لوگ آئے بیٹھے ہو میں کہیں تو ہی واقف نہیں صرف اس گل دے جو سارے حسین دے لگ دے آؤ کربلا چلیے وقت تھوڑا رہ گیا تقریباً گھنٹے چ میں پہنچ گیا نیڑے لگ گیا تھوڑی دیر دی تیاری دے لفظ سن لو روز بی بی آپ ویا حسن امیر نو آکھیا تو امام میں ٹول راتی چلا ہے تیرے نانے کول پتر منگا وا سرکار روز آکھنا تجھے پتر منگنی پتر کے کرے سے اد یہ پتر ہو منت دین تے کم آمن اس لئے امام حسن فرمایا وا تے کربلا ہونی ہے تیرا پوتر اگر اٹھ دین تے کم آ گیا ہر بی بی اپنے اپنے کٹھے دی قبر تے باسی ہر کہیں دی قبر ایک تھارے ہونی ہے جیڑا تو پئی منگنی ہو تو تینو نو میلا چ گولنا پو سی ہر کئی قبر تے بیٹھی ہو سی تو نو میلا چ مٹیاں چا چا کے سنگ سنگ کے آخ سے اتھے ہی توں ودن جیڑا نو میلا چ کھڑی وجنا ہے وہ پوتر منگنی بے چال لے کے سرکار آخر آپ پتر تو دیسی مڑ تو کلیا پال لی سی پلے سا کلیا پالنا تو پلے سا بت وہ حسین دی ضرورت دا بنی سے ہاں بنی سا فرمایا اگر تو وہ دی ضرورت دا بنایا نا تو تیرے پتر نو چواویں میں حسن اس پتر دیون تو بعد پریشان نہ پیوں میں جو میرا کلہ آئی تے مری گیا ہے میں حسن تیرے پتر نو حسین کان چواویں نوسا انتہائی اختصار نال بس میں مسائل دی دنیا چار لفظ آخر جانا پیو نو پتر دے جی دیا بچپن آئی تے زہر مل گئی قاسم جان دے نائی زہر ہوئے تو کی ہوندہ ہے جلے پیو دے سینے تو ستا نہ دے طلب تے اٹھے اما کی گرم جا تے سما جائی اب یہ سام لائے شیکڑی واری پیو دے سینہ نہیں ملنا پیو دے سینہ تے شیکڑی رات بابا کی ہو جائے زہر مل گئی ہے ماں دیئے پیو کو لباؤ میں تیریاں پھوپیاں سدا ماں دے اما میرے پیو ڈال کئی بن گئی میں تو ہاتھ پیر بناونے نہیں جاندا اما تو باؤ میں سدے امنا پہلی واری لوگ پڑ دل ذاکر آدم جو ستیاں پہیان تے قاسم جگائے یہ ہر خبر بطول دے سکتی ہے تے حسن امیر دی شہادت نہیں سدسی قاسم آدھا جے لے میں بوئے تے ونیاں تے اندر معلوم ہوندہ یہ فضہ پچھ دیا یہ خیر بطول دی تھی زمین تے جنی ہوئی ہیں آدھی اما رو رو کے آدھی آئی ویران زہر میں لگئی ہے یہ بو والا ہاتھ وے کے آدھی سچ آگ گئی ہے قاسم روندہ بھئی دے ہر پاس سن کے آئے ہیں نا پہلا قاسم ہے جیڑا پیو دے جی دیا پیو حسن امیر آئی اے امیر پہلو آئی قاسم پیچھے آئی حسن پہلو حسن آئی امیر پیچھے آئی حسن امیر تے قاسم پیچھے قاسم آئی پہلے امیر نہیں سمجھا سکے ماں پالیا تھا قاسم بچپن تو لڑک پنایا تھا قاسم کربلا دامی جدیں قاسم نہیں تقسیم ہوگی کربلا دی سرزمین تپ دویا صحرا خون سادات دی پیاسی زمین کربلا نو حسین شفا دے لائق بنا منگے
ਦਾਮੀ ਦੀ ਰਾਤ ਲੱਥੀ ਹੁਸੈਨ ਮੁਆਇਨਾ ਵਧੇ ਕਰੇ ਦਿਨ ਚਲੋ ਇੰਨੇ ਜੇ ਪੜ੍ਹਨੇ ਆ ਜਿਵੇਂ ਤੁਹਾਡੀ ਜ਼ਮੀਨ 'ਤੇ ਲੋਕ ਪੜ੍ਹਦੇ ਨੇ ਉਸ ਤਰਜ਼ ਵੀ ਪੜ੍ਹ ਦੀ ਖਾਂ ਕਿਵੇਂ ਸੁਣਦੇ ਹੋ ਇੱਕ ਇੱਕ ਖੇਮੇ ਦੇ ਬਾਰੂ ਚੱਕਰ ਵਧੇ ਲੈਂਦੇ ਨੇ ਪਤਾ ਕਰਾਂ ਮਸਤੂਰਾਂ ਕਿਵੇਂ ਪਈਆਂ ਗੁਜ਼ਰੇਂਦੀਆਂ ਜਿਹੜੇ ਖੇਮੇ ਦੇ ਬਾਰੂ ਆਉਂਦੇ ਨੇ ਕਈ ਕੁਝ ਵਹਿਣ ਪਈ ਕਰੇਂਦੀ ਹੈ ਕਈ ਕੋਈ ਪਈ ਕਰੇਂਦੀ ਹੈ ਅਚਾਨਕ ਇੱਕ ਬੀਬੀ ਆਖਿਆ ਕੋਈ ਕਾਸਮ ਸੱਡ ਦੇਵੇ ਮੈਂ ਬੇਵਾ ਹਾਂ ਪੁੱਤਰ ਨਾਲ ਗੱਲਾਂ ਕਰਨੀਆਂ ਨੇ ਇਮਾਮ ਵਾਪਸ ਆਏ ਤੇ ਰਿੱਠਾ ਤਰਾ ਜਵਾਨ ਟਿੱਬੇ ਦੀ ਗੇੜ ਨਾਲ ਤੇ ਵੇਖੋ ਕੱਚੀ ਦੀ ਸਰਜ਼ਮੀਨ ਦੀ ਤਰਜ਼ ਜਿਹਨੂੰ ਪੜਦਾ ਖਤ ਤਰਾਏ ਜਵਾਨ ਇਕੱਠੇ ਨੇ ਇੱਕ ਉਸਤਾਦ ਦੇ ਦੋ ਸ਼ਾਗਿਰਦ ਅਜੀਬ ਸਵਾਲ ਜਵਾਬ ਨੇ ਉਸਤਾਦ ਬੈਠਾ ਦਾ ਮੈਂ ਚਾਹਨਾ ਮੈਂ ਤੁਹਾਨੂੰ 32 ਸਾਲ ਨੌਕਰ ਸਦਾਇਆ ਤੁਹਾਡੇ ਪਿਓ ਦਾ ਤੁਹਾਨੂੰ ਸਿਖਾਇਆ ਹੈ ਤੁਹਾਨੂੰ ਅਲੀ ਬਣਾ ਲਿਆ ਅੱਜ ਪਹਿਲੀ ਵਾਰੀ ਸਵਾਲੀਆਂ ਮੈਨੂੰ ਖਾਲੀ ਨਾ ਮੋੜੋ ਕੱਲ੍ਹ ਤੁਸਾਂ ਜੀਂਦੇ ਹੋਵੋ ਜਿਹੜੇ ਮੇਰੀ ਲਾਸ਼ ਖੈਮੇ ਆਵੇ ਅਲੀ ਅਕਬਰਾ ਦਾ ਨਹੀਂ ਚਾਚਾ ਤੂੰ ਮੈਦਾਨ ਗਿਓ ਮੇਰੇ ਪਿਓ ਦੀ ਕਮਰ ਤਰੁੱਟ ਪਈ ਸੀ ਅੱਬਾਸ ਆਦਨ ਅਕਬਰ ਤੂੰ ਗਿਓ ਤੇਰੇ ਪਿਓ ਦੀ ਬਿਨਾਈ ਮੁੱਕ ਪਈ ਸੀ ਹੁਸੈਨ ਮੁਤਮੈਨ ਹੋ ਕੇ ਸੁਣਦੇ ਕਦਨ ਯਾ ਕਾਸਮ ਨਾਲ ਉੱਠੇ ਅਗਰ ਮੈਦਾਨ ਉਹਨੂੰ ਨਹੀਂ ਮੰਨਣਾ ਚਾਹੀਦਾ ਜਿਹਦੇ ਵੰਜਣ ਨਾਲ ਮੇਰੇ ਬਾਦਸ਼ਾਹ ਚਾਚੇ ਦੀ ਅੱਖੀ ਮੁੱਕ ਵੰਜਣ ਕਮਰ ਬਜ ਵੰਜਣ ਮੈਂ ਨਾ ਮੈਂ ਵਈ ਨਾ ਮੇਰੇ ਵੰਜਣ ਨਾਲ ਨਾ ਅੱਖੀ ਮੁੱਕ ਸਨ ਨਾ ਕਈ ਦੀ ਕਮਰ ਬਜ ਸੀ ਇੱਕ ਮਾਂ ਜੂਏ ਮੇਰੇ ਬਾਦ ਵਧੀ ਗੁਜ਼ਰੇ ਸੀ ਤੂੰ ਉਸਤਾਦ ਹੈ ਤੂੰ ਵਿਰਾ ਹੈ ਤੇਰੀ ਮਿਹਨਤ ਕਰੇ ਨਾ ਮੈਨੂੰ ਮੈਦਾਨ ਵੰਜਣ ਦੇ ਹੁਸੈਨ ਜਿਵੇਂ ਝਿੱਕ ਦਿਨ ਪਾਣੀ ਆਉਂਦਾ ਹਾਂ ਨੱਲਾ ਕਹਿ ਦਿਨ ਕਾਸਮ ਕਹਿ ਦੱਸਿਆ ਤੂੰ ਬੇਵਾਰੇ ਸੀ ਵੰਜ ਮਾਂ ਖੈਮੇ 'ਚ ਯਾਦ ਕੀਤਾ ਹੀ ਪਿਛਲੀ ਰਾਤ ਆਈ ਨਮਾਜ਼ਾਂ ਦਾ ਟਾਈਮ ਬੀਬੀ ਆਵੇ ਤਾਂ ਪੁੱਤਰ ਬੂਹੇ 'ਚ ਦਾਖਲ ਕੋਲੂ ਬਹਾ ਕੇ ਆਦੀ ਹਰ ਕੋਈ ਆਪਣੀ ਔਲਾਦ ਨੂੰ ਪਿਆ ਸਿਖਾਈਦਾ ਹੈ ਕੱਲ੍ਹ ਹਰ ਕਹਿੰਦੇ ਨਾਨਕੇ ਕਰਬਲਾ ਆਏ ਹੋਏ ਉਸ ਹੋ ਸਕਦਾ ਤੇਰੇ ਨਾਨਕੇ ਕੱਲ੍ਹ ਕਰਬਲਾ ਆਏ ਹੋਏ ਹੋ ਮੈਨੂੰ ਮੈਂ ਤਾਂ ਤੈਨੂੰ ਕਰਨਾ ਹੈ ਹੁਸੈਨ ਖਾਨ ਕੁਰਬਾਨ ਮੈਂ ਤਾਂ ਕੋਈ ਮਾਮਾ ਆਇਆ ਵਧੋ ਵੀ ਕੋਈ ਮਾਮਿਆਂ ਦੇ ਲੱਗਦੇ ਆਏ ਵਧੀਏ ਮੈਨੂੰ ਕਹਿੰਦੇ ਆਖੇ ਨਹੀਂ ਲੱਗਣਾ ਦਾਦੇ ਅਲੀ ਵਾਲਾ ਹਿਰਜ਼ ਬੋਲਣਾ ਹੈ ਮੈਦਾਨ ਵਿੱਚ ਲੜ ਕੇ ਦੱਸਣਾ ਹੈ ਮੈਂ ਅਲੀ ਦਾ ਪੋਤਲਾ ਅੰਮਾ ਲੜੇ ਮੈਂ ਕਦਾਂ ਵਈ ਸਾਂ ਜਿਹਦਾ ਚਾਚਾ ਦਾ ਹਰ ਕੋਈ ਵੰਜ ਸਕਦਾ ਹੈ ਤੈਨੂੰ ਕਿਵੇਂ ਗੱਲਾਂ ਬੀਬੀ ਦੀ ਪਰੇਸ਼ਾਨ ਨਾ ਟੁਰ ਮੈਂ ਵਈ ਨਹੀਂ ਆ ਮੈਂ ਵੇਖਾਂ ਕਿਵੇਂ ਮੈਦਾਨ ਨਹੀਂ ਵੰਜਣ ਦਿੰਦਾ ਜਿਹੜੇ ਸਾਹਮਣੇ ਆਉਂਦਾ ਨੀ ਟਗਣਾ ਉੱਠਣ ਫਰਮਾਇਆ ਕੁਰਸੀ ਲੈ ਆਓ ਮੇਰੀ ਅੰਮਾ ਭਰਜਾਈ ਆ ਗਈ ਹੈ ਬੀਬੀ ਆਦੀ ਸਵਾਲੀ ਕੁਰਸੀਆਂ ਤੇ ਨਹੀਂ ਬਾਂਦੇ ਮਿੱਟੀ ਤੇ ਬਹਿ ਕੇ ਆਦੀ ਕਾਸਮ ਦੀ ਇਜਾਜ਼ਤ ਲਵਣਾ ਆ ਸੈਦ ਆਦਾ ਗਏ ਕੋਈ ਕੱਲਾ ਤੇਰਾ ਨੁਕਸਾਨ ਹੈ ਸ਼ਰੀਫ ਪਿਓ ਪੁੱਤਰ ਬੋਏ ਬਰਦਾਸ਼ਤ ਕਰੇਂਦੇ ਨੇ ਧੀ ਬੇਵਾ ਬਰਦਾਸ਼ਤ ਨਹੀਂ ਕਰੇਂਦੇ ਮੈਨੂੰ ਆਨੀ ਮੈਂ ਅਕਬਰ ਭੇਜੇ ਨਾ ਤੂੰ ਨਾ ਭੇਜ ਬੀਬੀ ਆਦੀ ਮੈਂ ਬੇਵਾ ਔਖਾ ਪਾ ਲਿਆ ਮੇਰਾ ਦਿਲ ਏ ਤੇਰਾ ਦੀਨ ਤੇ ਲੱਗ ਵੰਜੇ ਇਮਾਮ ਜ਼ਮੀਨ ਦੇ ਵੇਖ ਕੇ ਰੋਂਦੇ ਬੈਠਣ ਜਿਹੜੇ ਡਿੱਟਲ ਨਾ ਨਹੀਂ ਗਲੇਂਦਾ ਬਾਜ਼ੂ ਨਾਲ ਤਾਵੀਜ਼ ਖੋਲੇ ਯਾਰ ਮੇਰੇ ਨਾਲ ਤੁਰ ਮੈਂ ਬਾਕੀ 5-7 ਮਿੰਟ ਸਾਰਾ ਪੜ੍ਹਨਾ ਬਾਜ਼ੂ ਨਾਲ ਤਾਵੀਜ਼ ਖੋਲ ਕੇ ਹੁਸੈਨ ਦੇ ਹੱਥ ਰੱਖ ਜਿਵੇਂ ਜਿਵੇਂ ਤਹਿਰੀਰ ਵੇਖਦੇ ਗਏ ਨੂੰ ਹੁਸੈਨ ਉੱਠਦੇ ਆਏ ਜਿਹੜੇ ਤਹਿਰੀਰ ਤੇ ਨਿਗਾਹ ਪਈ ਇੰਨਾ ਲਿਲਾਹ ਵਾ ਇੰਨਾ ਇਲਾਹ ਰਾਜ ਹੋਣ ਕਾਸਮ ਤਿਆਰੀ ਕਰ ਮੇਰੇ ਭਰਾ ਦਾ ਹੁਕਮਨਾਮਾ ਆਇਆ ਪਿਆ ਜਿਹਨੇ ਇਜਾਜ਼ਤ ਮੰਗੇ ਇਹਨੂੰ ਘੋੜੇ ਤੇ ਚਲਾ ਕੇ ਮੈਦਾਨ ਗੱਲ ਛੋੜੇ ਤੇ ਜਿਹੜੇ ਤੂੰ ਕਰ ਬਲਾ ਉਸੇ ਮੈਂ ਤੈਨੂੰ ਪਹਿਲੂ ਵੇ ਟੁਕੜੇ ਚੁਣਦਾ ਵਧਾ ਉਸਾਂ ਪਰੇਸ਼ਾਨ ਨਾ ਹੋਵੇ ਜਿਹੜਾ ਖੱਤ ਦੀ ਹੇਠਲੇ ਹਿੱਸੇ ਤੇ ਨਿਗਾਹ ਪਈ ਅਸ ਇਤਨਾ ਰੁੜਨਾ ਜੋ ਬਰਜਾਈ ਪੁੱਛਦੀ ਕਲੀਏ ਹੁਸੈਨ ਕਿਉਂ ਰੋਣਾ ਦਾ ਖੱਤ ਹੇਠਲੇ ਹਿੱਸੇ 'ਚ ਲਿਖੇ ਹੋਇਆ ਹਰ ਕੈ ਨੂੰ ਕਬਰ ਦੀ ਜਾ ਦੇਵੇਂ ਮੇਰੇ ਕਾਸੇ ਮੈਨੂੰ ਕਬਰ ਦੀ ਜਾ ਨਾ ਦੇਵੇਂ ਇੱਕ ਗੜੜੀ ਦੀ ਜਾ ਦੇਵੇਂ ਜੇ ਮੇਰਾ ਬਚ ਇਹੋ ਕੁਝ ਵਜਣਾ ਯਾਰ ਤੇਰੀ ਆਪਣੀ ਮਰਜ਼ੀ ਮੈਂ ਸ਼ਹਾਦਤ ਕਲਾ ਪੜ੍ਹਨਾ ਮੈਂ ਕੋ ਤੈਨੂੰ ਆਖਣਾ ਰੋ ਹਸਨ ਦੇ ਅਮੀਰ ਦੀ ਸ਼ਹਾਦਤ ਪੜ੍ਹਾ ਕੋਈ ਪੁੱਤਰ ਕੋਈ ਨਹੀਂ ਪ੍ਰਣਾਵਣਾ ਜਿਹੜੇ ਦੀਵਾਰ ਪੁੱਤਰ ਪ੍ਰਣਾਵੇ ਇੱਕ ਵਾਰੀ ਕਰਬਲਾ ਮੂੰਹ ਕਰਕੇ ਆਖੇ ਹਸਨ ਤੋਂ ਬਾਅਦ ਕਿਵੇਂ ਸ਼ਾਦੀ ਕੀਤੀ ਆਈ ਕਾਸਮ ਤੋਂ ਮੈਂ ਵੇਖੋ ਸ਼ਾਦੀ ਦਾ ਕੋਈ ਮਾਹੌਲ ਕੋਈ ਲਫ਼ਜ਼ ਨਹੀਂ ਆਖਿਆ ਕਾਸਮ ਤਿਆਰੀ ਕਰ ਘੋੜਾ ਆ ਗਏ ਕਾਸਮ ਦੀ ਤਿਆਰੀ ਹਰ ਬੀਬੀ ਚੋਗੀ ਨੂੰ ਦੁਆਈ ਖਲੀਏ ਮੈਂ ਸਵਾਰ ਕਰਾਵਾਂ ਜਿਹੜੇ ਕਾਸਮ ਇਰਾਦਾ ਕੀਤਾ ਮੈਂ ਸਵਾਰ ਹੋਵਾਂ ਅੱਬਾਸ ਦੌੜਨ ਜੋ ਮੈਂ ਸਵਾਰ ਕਰਾਂ ਜਾਂ ਅਚਾਨਕ ਕੋਚ ਜਿੱਕ ਮਹਿੰਦੀ ਵਾਲਾ ਹੱਥ ਹੈ ਤੇ ਇੱਕ ਆਵਾਜ਼ ਆਈ ਹੈ ਚੜਿਆ ਵੱਧ ਮੁੱਕਦੇ ਜੋ ਪਏ ਹੋ
ود ہر کہیں دی اپنی قسمت خدا دی قسم ہے کربلا ہے جے ایک کربلا نہیں دو ہادی ایو جے گزرن جنہ دی مہندیاں نو قبر تائی رڑنا کر ایک قاسم دوئی سے قاسم دا او حرم حسین علیہ السلام دی بیوہ دی جی توس دیا پہاڑا جبائے کے ہتھن وے کے دی اکبرا مہندی تا مہینی لگی ہوئی ہے تو تبابے نال سامگے ہاں اللہ جانے مہینو کفن کون دے سی واہ بھائی واہ جی ہائے نکل گئی میں راضی ہو گیا قاسم دا گھوڑا حویلی جنازہ دی شکل جلے باہر ٹرن لگے نا اچانک ایک بی بی گھوڑا دی واگا جا ہاتھ پائے وہ دی عمر چار سال ہے قاسم ایک وری پیر رکاب تو کر چا جلے قاسم پیر کر دیا مہندی والے پیر نو بوسا دے کے دیے میں نہیں دیتا جدہ ٹرن لگیا منا مدینے ہوں میں نے نکھری بھائن آکھے آئی جلے گھوڑے تے چڑھتے وہیں دا پہ ہوئے مہندی والے پیر چمکے آکھیں چا تیری قسمت نہ تیری شادی دیتی نہ تیرے سیرے دیتے نہ تیری مہندی دیتی وط وہیں دا میدان پہ آئے وط ہون معاشر میں ملسوں میں راضی ہو گیا اتنی ہائے تکر میں راضی ہوں کربلا دا غریب قاسم دا گھوڑا میدان در گھوڑا دیا واقعا باس نہ پیئی ہیں میں تیرا دل دیکھنا چاہنا جنہیں بندے حسین دے اس غریب نے رومن آئے گھوڑا دیا واقعا پکڑ کے عباس ٹپے تے چاڑ کھلے سن سے قاسم فوج نے ویکھیں قاسم یہ نہ ویکھ جو اتنا رش ہے میں تیری عمر چاہوں موجے دا سفینے چ نو لکھ نو وگو لا سکدا تو اج میرے جیڑا ہے میدان چ بچہ بن کے نہیں علی بن کے وجنا سننی تو صرف میری ان میں جویں آکھا اونے حملہ کرنا جویں میں آکھا اونے کرنا جنگ تو کرنی ہے نجف دوالی ویکھن نہ وے تے وقت میں عباس کیواں قاسم میدان در گھوڑا توڑیا ہے ازک حرامی دے بارہ پتران پتران وعدہ دو دو ہو کے ونجوں تے جی دے نو نہ پیا یہ تو اے ترن جناب عباس گھوڑے تے چڑھ کے اچھی جا تے حقل ماری ہے قاسم انہاں نو کٹھا نہ رلن دے گھوڑے نو ان ٹور جو گھوڑا ایک سجی ہو بنے ایک کھبے ہو بنے جمپ لا کے زین تے پیر رکھ انہاں دے والا چے ہاتھ پا کے ٹکرا دے تکبیر دی آواز ان بول جو نجف چ بابا علی سن کے آکے آج میں ودا لڑنا جل دوواں دا سر ٹکرایا تے آکے اللہ اکبر تے عباس آتے نا الحمدللہ میں راضی ہاں قاسم دا آج گھٹ پانی دا ہو گیا تھکدا تے نہیں پیا اج تو میں چار تو پانچ منٹ وین کرنے میں وین کرے سا وقت ویکھیں اس بوئے دنوں میدیاں یا اسن سیرے یا اسن سیرے یا اسی تے گھر تے سچین دا ویسے جائیں گے کئی شئی نہیں مانی او کی ہو جیا غریب ہو سی اللہ حرامی دے جلے پتر مک گئے ہزارہ نال لڑا نالا کتے دا بچہ سب من دا غرض ہاتھ چ لے کے اس سر تو چکر دیتا جی غرض بلندا ہی نہ گھوڑے سوارا نو لے کے نس ویندے ہیں غرض دی آواز اتنی ظلم علی آواز ہوندی ائی جے نو لگ پویا او تے ٹکڑے ہو ویندے ہیں اس غرض سر تو بھوائے عباس چھوڑ دیتا ٹبا دوڑ کے اٹھیا جتے حسین بیٹھے ہیں آقا ایک لازہ اجازت ہے عباس کے کرے نا دا میں نو تھوڑی دیر کان ونجن دے ہزارا نال لڑا نال ہے میرا تیرا سالہ دا بالے او سر تو گرد بھمائی دا ودا اینے وائن دا تے ہونے ہم دا پہ عباس میدان نہیں بننا میرا قاسم جانے او دی قسمت جانے ود پچھا بج پہ نباس اچھے ٹبے تے چڑھ کے آدھے قاسم بچنا تے وقت آخر آ گیا خیال رکھیں جلے اے گرد چھوڑن لگے پہلو زین چھوڑ دے میں ایتے نشانے تو جلے بچ گئے زمین جو دھوڑ اڑ سی جلے دھوڑ اڑے اس دھوڑ تے حملہ کر کے ایتے سر لہاویں تے تکبیر بلند کریں میں سن لوا کون کٹھا ہے جلدی تکبیر آکھیں اس سر تو گھما کے جو چھوڑے نا گرز
گر زمین تے آیا قاسم اس کو پہلو زمین تے آیا دھول اڈیے قاسم آکھے نا اللہ اکبر دنیا دا بڑا بڑا دلیر ہے جنو عباس آدن جلے قاسم آکھے نا اللہ اکبر انہیں دوئیں گوڑے زمین تے ہونے لیکن انہیں دوئیں کونیاں زمین تے مار کے آدھا ہے بابا آج ویکھے آ اور میرا ترائے دیا دا دسا میدان جکیرے بدا لرد آئے اور میرا ایدہ نفیس ہے جنو اجا ماں کھانا کھوئی دیئے وہ جیڑا کلیاں کھانا نہیں کھا سکتا وہ میدان جلد نو لکھ حملہ کیتا ہے راجرنیا سینی نام کی نگری جھڑے کے ممبر چھوڑا مہدیاں کئی قسم دیاں ہوندیاں ہن وی بندہ بازاروں مہدی لیندے جنہاں دا رنگ نہیں چڑھدا سپیشل مہدی لگنی پندی ہے جو رنگ لگ ونجے جیڑی مہدی ہلولی چ لگی ہے او دا رنگ نہیں چڑھدا او جیڑی میدان وچ لگی رنگ چلیا ہے جو ماں ہاتھ نہ لب دے دیا ہی کوئی چہرہ گول دیا میں بیوا منہ جم دیا اصلی بنیا بزرگ نہ تو میں تو سارے گان پہ پڑھتا میں کوئی آخیا تین اٹھ کے رو اے ہن قربانی کیتی آئی نرو میرا لفظ تو چھوڑ ہن قربانی کر رہا ہے قربانی دے تے حصے ہوندے ہیں ایک اللہ دا ایک دھیاں دا ایک سب مالک دا کربلا دے میدان تے ایک قاسم ہے جڑا پورا ماں نو بچیا ہے تریا حصہ آئی جڑا حسین چاہ کے گھن آیا ہے وقت گلے چ کپڑا چپا کپڑا پا کے ایک ایک بھول چن کے لوگ حسین چن داری گڈڑی بنا کے دا حسین پھرا مینو قاسم نہیں لبدا بھرجائی دے گلاز رکھ کے دے بھرجائی یہ تیرا قاسم لاج تے ہر کوئی وہاں کریں دے مگر جی میں حسین دی بے وقت ہی آئیے لاج تے جھن کیا دی کھڑی ہے اٹھی جا کے ویسے رہے حوالے اٹھے جا کے ویسے رہے حوالے اٹھے جا کے ویسے رہے حوالے سیج ساتھ نہیں لیا جانے سیج ساتھ مسکورت دے گلو مطلب انتظار پہ کریں گے